ਅੱਜ ਮੈਂ ਤੁਹਾਡੇ ਵਾਸਤੇ ਇੱਕ ਐਸੀ ਐਪਲੀਕੇਸ਼ਨ ਲੈ ਕੇ ਆਇਆ ਵਾਂ ਜਿਹੜੀ ਤੁਸੀਂ ਐਪਲੀਕੇਸ਼ਨ ਹੋਏਗੀ ਉਹਦੇ ਉੱਤੇ ਤੁਸੀਂ ਆਪਣਾ ਫੇਸ ਦਾ ਚੈੱਕ ਕਰ ਸਕੋਗੇ, ਉਹਦੇ ਉੱਤੇ ਆਪਣੀ ਫੇਸ ਦਾ ਫੇਸ ਚੇਂਜਰ ਕਰ ਸਕਦੇ ਹਾਂ। ਉਹਦੇ ਲਈ ਸਭ ਤੋਂ ਪਹਿਲੇ ਸਾਨੂੰ ਕਰਨਾ ਕੀ ਪਏਗਾ, ਅਸੀਂ ਜਾਵਾਂਗੇ ਪਲੇ ਸਟੋਰ ਦੇ ਉੱਤੇ, ਅਤੇ ਪਲੇ ਸਟੋਰ ਦੇ ਉੱਤੇ ਅਸੀਂ ਫੇਸ ਚੇਂਜਰ ਤੋਂ ਅਸੀਂ ਇੱਥੇ ਲਿਖਾਂਗੇ ਫੇਸ ਚੇਂਜਰ ਐਪ। ਇਹ ਸਭ ਤੋਂ ਪਹਿਲੇ ਵਾਲੀ ਫੇਸ ਐਪ ਆ, ਆਲ ਫੇਸ ਐਡੀਟਰ, ਇਹ ਮੈਂ ਡਾਊਨਲੋਡ ਕਰ ਲਈ ਹੋਈ ਹੈ। ਤੁਸੀਂ ਵੀ ਇਹਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਲੈਣਾ। ਇਸ ਤੋਂ ਬਾਅਦ ਤੁਸੀਂ ਇਹਨੂੰ ਕਰਨਾ ਓਪਨ। ਓਪਨ ਕਰਨ ਤੋਂ ਬਾਅਦ ਜਿੱਦਾਂ ਕਿ ਤੁਸੀਂ ਇੱਥੋਂ ਵੀ ਤਸਵੀਰ ਕੋਈ ਵੀ ਲੈ ਸਕਦੇ ਹਾਂ, ਅਤੇ ਜਿੱਦਾਂ ਕਿ ਮੈਂ ਆਪਣੀ ਇੱਥੋਂ ਕੋਈ ਵੀ ਤਸਵੀਰ ਚੱਕ ਲੈਂਦਾ, ਜਿੱਦਾਂ ਕਿ ਮਤਲਬ ਆਹ ਤਸਵੀਰ ਆ ਮੇਰੀ, ਠੀਕ ਹੋ ਗਿਆ ਜੀ। ਅਤੇ ਇਹ ਹੁਣ ਲੋਡਿੰਗ ਹੋ ਰਹੀ ਆ। ਇਹ 'ਤੇ ਤੁਸੀਂ ਸੈੱਟ ਕਰ ਸਕਦੇ ਆਪਣੀ ਏਜ, ਆਪਣੀ ਕੁਛ ਹੈ ਵੀ ਚੈੱਕ ਕਰ ਸਕਦੇ, ਜਿੱਦਾਂ ਮੈਂ ਇੱਥੇ ਏਜ ਵਾਲੇ 'ਤੇ ਨੱਪਿਆ। ਉਸ ਤੋਂ ਬਾਅਦ ਮੈਂ ਚੈੱਕ ਕਰਦਾ ਵੀ ਮੈਂ ਬੁੱਢਾ ਹੋ ਕੇ ਕਿੱਦਾਂ ਦਾ ਲੱਗਾਂਗਾ, ਜਾਂ ਦੇਖੋ ਇਹ ਸ਼ਕਲ ਚੇਂਜ ਹੋ ਗਈ ਹੋਈ ਹੈ ਬਿਲਕੁਲ। ਅੱਛਾ, ਇਹ 'ਚ ਕੈਟਾਗਰੀਆਂ ਵਾ, ਤੁਸੀਂ ਆਪਣੀ ਕੋਈ ਵੀ ਕੈਟਾਗਰੀ ਦੇਖ ਸਕਦੇ ਹਾਂ। ਯੰਗ ਟੂ ਆ, ਮਤਲਬ ਜਿੱਦਾਂ ਯੰਗ, ਅਤੇ ਦੇਖੋ ਨਾ ਫਰਕ ਪੈ ਜਾਂਦਾ ਕਿੰਨਾ ਫਰਕ ਪੈ ਰਿਹਾ। ਅੱਛਾ, ਉਸ ਤੋਂ ਬਾਅਦ ਕਿ ਆਪਾਂ ਇਹਨੂੰ ਕਰ ਲਾਂਗੇ ਸੇਵ, ਠੀਕ ਹੋ ਗਿਆ ਜੀ। ਇੱਥੋਂ ਅਪਲਾਈ ਕਰਕੇ ਇਹਨੂੰ ਆਪਾਂ ਕਰ ਦਿਆਂਗੇ ਸੇਵ। ਉਹ ਤੁਹਾਡੀ ਮਰਜ਼ੀ ਹੈ, ਤੁਸੀਂ ਫੇਸਬੁੱਕ 'ਤੇ, ਟਵਿੱਟਰ 'ਤੇ, ਕਿਸੇ 'ਤੇ ਵੀ ਆਪਣੀ ਤਸਵੀਰ ਸੈਂਡ ਕਰਨਾ ਚਾਹ ਰਹੇ ਹੋ ਸੈਂਡ ਕਰ ਲਓ। ਅਤੇ ਇਹ ਥੈਂਕ ਯੂ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ, ਵੀਡੀਓ ਨੂੰ ਲਾਈਕ ਅਤੇ ਐਂਡ ਸ਼ੇਅਰ ਕਰਨਾ ਵਾ। ਅਤੇ ਇਸ ਲਈ ਕਿ ਮੇਰਾ ਹਾਲੇ ਚੈਨਲ ਹੈਗਾ ਨਵਾਂ ਨਵਾਂ, ਅਤੇ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੈ, ਅਤੇ ਇੰਗਲਿਸ਼ ਮੈਨੂੰ ਆਉਂਦੀ ਘੱਟ। ਅਤੇ ਥੈਂਕ ਯੂ।